ਅਸੀਂ ਪਹੁੰਚ ਚੁੱਕੇ ਹਾਂ ਜੀ ਕਰਨਾਲ ਦੀ ਸੈਕਿੰਡ ਮੋਸਟ ਫੇਮਸ ਪਲੇਸ ਨਿਰਮਲ ਆਸ਼ਰਮ, ਜਿਹਦੇ ਬਾਰੇ ਕਿ ਜਿਹੜਾ ਚਾਨਣ ਹੈ ਉਹ ਤੁਹਾਨੂੰ ਸਾਡੇ ਮਾਮਾ ਜੀ ਦੱਸਣਗੇ। ਇਹ ਸਾਡੇ ਅੱਜ ਦੇ ਗਾਈਡ ਨੇਗੇ, ਅਤੇ ਦੱਸੋ ਮਾਮਾ ਜੀ। ਅਸੀਂ ਪਹੁੰਚ ਚੁੱਕੇ ਹਾਂ ਜੀ ਸੈਕਟਰ 13 'ਚ ਔਰ ਸੈਕਟਰ 12 ਦੇ ਵਿਚਾਲੇ ਪੈਂਦਾ ਨਿਰਮਲ ਕੁਟੀਆ ਜੀ। ਇਹਨੂੰ ਨਿਰਮਲ ਕੁਟੀਆ ਦੇ ਨਾਮ ਤੋਂ ਬਹੁਤ ਮਸ਼ਹੂਰ ਹੈਗਾ। ਇੱਥੇ ਮੁਸਾਫਿਰਾਂ ਵਾਸਤੇ ਅਤੇ ਆਮ ਸੰਗਤ ਵਾਸਤੇ ਕੋਈ ਵੀ ਹੋਵੇ 24 ਘੰਟੇ ਲੰਗਰ ਅਤੇ ਆਪਣਾ ਰਹਿਣ ਦੀ ਪ੍ਰਬੰਧ ਪੂਰਾ ਹੈਗਾ ਇੱਥੇ, ਠੀਕ ਹੈ। ਅੰਦਰ ਜਾ ਕੇ ਵੇਖੋ ਤੁਸੀਂ ਜਿਵੇਂ ਹਰ ਗੁਰਦੁਆਰੇ 'ਚ ਹੁੰਦਾ ਆਪਣੀ ਸਾਫ਼ ਸਫਾਈ ਅਤੇ ਜਿਹੜਾ ਮਨ ਲੱਗਦਾ ਇੱਥੇ। ਇੱਥੇ ਜਿਹੜੇ ਬਾਬਾ ਜੀ ਨੇ ਸੰਤ ਨੀਕਾ ਸਿੰਘ ਜੀ, ਜਿਹਨੂੰ ਕਹਿੰਦੇ ਸੰਤ ਨੀਕਾ ਸਿੰਘ ਜੀ ਕਹਿੰਦੇ ਨੇ ਉਹਨੂੰ, ਉਹ ਉਹਨਾਂ ਦੀ ਪੀੜ੍ਹੀ ਅੱਗੇ ਅੱਗੇ ਚੱਲੀ ਜਾ ਰਹੀ ਅਤੇ ਉਹ ਦਰਸ਼ਨ ਵੀ ਦਿੰਦੇ ਨੇ। ਉਹ ਐਂ ਨਹੀਂ ਕਹਿੰਦੇ ਕਿ ਮੈਂ ਮੇਰੇ ਤੋਂ ਦੂਰ ਰਹੋ, ਐਵੇਂ ਕੁਛ ਨਹੀਂ ਹੈਗਾ। ਉਹ ਦਰਸ਼ਨ ਵੀ ਦਿੰਦੇ ਨੇ, ਜੇ ਵੀ ਕੋਈ ਲੋੜਵੰਦ ਆਉਂਦਾ ਉਹਨਾਂ ਨੂੰ ਦਰਸ਼ਨ ਦੇ ਕੇ ਉਹ ਆਪਣਾ ਆਸ਼ੀਰਵਾਦ ਦਿੰਦੇ ਨੇ, ਸਾਰੇ ਲੋਕ ਪ੍ਰਾਪਤ ਕਰਦੇ ਨੇ। ਅਤੇ ਸਭ ਤੋਂ ਵੱਡੀ ਚੀਜ਼ ਇੱਥੇ ਇਹ ਹੈਗੀ ਹੈ ਕਿ ਲੋਕ ਇੱਥੇ ਸੇਵਾ, ਜਿਹੜੇ ਸੇਵਾ ਭਾਵ ਹੈਗਾ, 24 ਘੰਟੇ ਜਿਹੜੇ ਵੱਡੇ ਵੱਡੇ ਲੋਕ ਆ ਤੁਸੀਂ ਦੇਖ ਸਕਦੇ ਹੋ, ਆਹ ਲੋਕ ਬੈਠੇ ਨੇ, ਲੰਗਰ ਸਟਾਰਟ ਹੋ ਚੁੱਕਿਆ, 24 ਘੰਟੇ ਲੰਗਰ ਚੱਲਦਾ ਇੱਥੇ। ਅਤੇ ਸੰਡੇ ਨੂੰ ਇੱਥੇ ਕੜੀ ਚਾਵਲ ਦਾ ਲੰਗਰ ਹੁੰਦਾ, ਉਹ ਜਿਹੜਾ ਫੇਮਸ ਹੈਗਾ। ਉੱਥੇ ਆਮ ਲੋਕ ਪਬਲਿਕ, ਲੋਕਲ ਪਬਲਿਕ ਵੀ ਇੱਥੇ ਜ਼ਰੂਰ ਆਉਂਦੀ ਹੈ, ਛਕਦੀ ਹੈ ਉਸ ਲੰਗਰ ਨੂੰ, ਕਿਉਂਕਿ ਇੰਨਾ ਸਵਾਦ ਕੜੀ ਚਾਵਲ ਇੱਥੇ ਮਿਲਦੇ ਨੇ, ਠੀਕ ਹੈ। ਮੈਂ ਦੱਸ ਸਕਦਾ ਕਿ ਅਸੀਂ ਸੰਡੇ ਨੂੰ ਇੱਥੇ ਖੇਡਣ ਆਉਂਦੇ ਸੀ ਸੈਕਟਰ 12 'ਚ, ਅਤੇ ਉਸ ਤੋਂ ਬਾਅਦ ਅਸੀਂ ਲੰਗਰ ਕੜੀ ਚਾਵਲ ਜ਼ਰੂਰ ਖਾ ਕੇ ਜਾਂਦੇ ਸੀ। ਆਓ ਤੁਹਾਨੂੰ ਦਿਖਾਈਏ। ਸੋ ਮਾਮਾ ਜੀ, ਕੜੀ ਚਾਵਲ ਦਾ ਆਨੰਦ ਤਾਂ ਮੈਂ ਵੀ ਦੱਸ ਸਕਦੀ ਹਾਂ, ਕਿਉਂਕਿ ਮੈਂ ਵੀ ਬਹੁਤ ਖਾਧਾ ਹੈਗਾ। ਸੋ ਜਦੋਂ ਵੀ ਅਸੀਂ ਕਰਨਾਲ ਆਉਂਦੇ ਹਾਂਗੇ, ਉਰੇ ਅਸੀਂ ਹਮੇਸ਼ਾ ਆ ਕੇ ਜਾਂਦੇ ਹਾਂਗੇ। ਕੜੀ ਚਾਵਲ ਦਾ ਸਵਾਦ ਤਾਂ ਮੈਂ ਖੁਦ ਵੀ ਦੱਸ ਸਕਦੀ ਹਾਂ ਕਿ ਬਹੁਤ ਵਧੀਆ ਹੁੰਦਾ ਹੈਗਾ। ਲੰਗਰ ਦਾ ਤਾਂ ਜਦੋਂ ਕੋਈ ਵੀ ਸਾਰੀ ਸੇਵਾ ਭਾਵਨਾ ਨਾਲ ਬਣਾਉਂਦੇ ਨੇ ਤਾਂ ਲੰਗਰ ਹਰ ਇੱਕ ਚੀਜ਼, ਕੋਈ ਵੀ ਹੈ, ਸਿੰਪਲ ਤੋਂ ਸਿੰਪਲ ਚੀਜ਼ ਵੀ ਹੋਵੇ ਉਹ ਵੀ ਬਹੁਤ ਸਵਾਦ ਬਣਦੀ ਹੈਗੀ। ਸੋ ਤੁਹਾਨੂੰ ਦਰਸ਼ਨ ਮੇਲਾ ਕਰਵਾਉਂਦੇ ਹਾਂਗੇ ਜੀ ਅੰਦਰ ਜਾ ਕੇ। ਪਹਿਲਾਂ ਆਪਾਂ ਹੱਥ ਵਗੈਰਾ ਧੋ ਲਈਏ। ਨਿਰਮਲ ਕੁਟੀਆ ਅਰਬਨ ਐਸਟੇਟ ਸੈਕਟਰ 13 ਕਰਨਾਲ। ਸੋ ਆਓ ਜੀ, ਤੁਹਾਨੂੰ ਲੈ ਕੇ ਚੱਲ ਦਿਆਂਗੇ। ਉਰੇ ਹੈਗਾ ਜੀ ਜੋੜਾ ਘਰ, ਅਤੇ ਅਸੀਂ ਜਮ੍ਹਾਂ ਕਰਵਾਉਂਦੇ ਹਾਂਗੇ ਆਪਣੇ ਜਿਹੜੇ ਜੋੜੇ ਨੇਗੇ ਉਰੇ, ਅਤੇ ਉਸ ਤੋਂ ਬਾਅਦ ਮੱਥਾ ਟੇਕ ਦਿਆਂਗੇ। ਸੋ ਲਓ ਜੀ। ਪਹਿਲਾਂ ਤੇ ਹੈਗਾ ਸੀ ਅੰਦਰ ਜਾ ਕੇ ਆਪਣਾ ਮੱਥਾ ਟੇਕਦੇ ਆਪਣਾ ਵਿਰਾਜਮਾਨ ਹੋ ਸਕਦੇ ਸੀ। ਹਾਂਜੀ ਹਾਂਜੀ ਹਾਂ, ਹੁਣ ਥੋੜ੍ਹਾ ਜਿਹਾ ਬਾਹਰ ਕਰਤਾ, ਮੈਨੂੰ ਲੱਗਦਾ ਉੱਤੇ ਪਾਠ ਸਥਾਨ ਰੱਖਤਾ ਉਹਨਾਂ ਨੇ, ਉੱਥੇ ਹੁਣ ਬੈਠਣ ਦੀ ਪ੍ਰਬੰਧ ਹੈਗਾ। ਜਿਹਦੀ ਸੰਗਤ ਨੂੰ ਬੈਠਣਾ ਹੁੰਦਾ ਉੱਥੇ ਬੈਠ ਸਕਦੇ। ਠੀਕ ਹੈ, ਦੇਖੋ ਜੀ ਪੂਰਾ ਕੁਦਰਤ ਦਾ ਵੀ ਉਰੇ ਧਿਆਨ ਰੱਖਿਆ ਹੋਇਆ। ਆਲੇ ਦਾ ਆਲੇ ਦੁਆਲੇ ਫੁੱਲ ਬੂਟੇ ਲਾਏ ਹੋਏ ਨੇ ਜੀ, ਗਮਲੇ ਲਾਏ ਹੋਏ ਨੇ, ਦਰਖਤ ਲਾਏ ਹੋਏ ਨੇ, ਪੂਰਾ ਹਰਿਆ ਭਰਿਆ ਜਿਹੜਾ ਨਿਰਮਲ ਕੁਟੀ ਨੂੰ ਨਿਰਮਲ ਕੁਟੀਆਂ ਨੂੰ ਉਰੇ ਸਜਾਇਆ ਹੋਇਆ ਗਾ। ਸੋ ਆਪਾਂ ਉੱਪਰ ਵੀ ਚੱਲਦੇ ਹਾਂ ਜੀ, ਦਰਸ਼ਨ ਕਰਦੇ ਹਾਂਗੇ। ਸੋ ਚਲੋ ਚੱਲੀਏ।
ਇਹ ਜਿਹੜੀ ਫੋਟੋ ਹੈ ਇਹ ਸੰਤ ਬਾਬਾ ਨਿੱਕਾ ਸਿੰਘ ਜੀ ਮਹਾਰਾਜ ਜੀ ਦੀ ਹੈ ਜੀ। ਇੱਧਰਲੀ ਸਾਈਡ ਹੈਗਾ ਜੀ ਲੋਹ ਲੰਗਰ ਅਤੇ ਇੱਥੇ ਸਾਰੀ ਸੰਗਤ ਵਾਸਤੇ ਖਾਣਾ ਪਕਾਇਆ ਜਾਂਦਾ ਗਾ। ਬਾਕੀ ਨਾਲ ਆਹ ਪਾਰਕਿੰਗ ਏਰੀਆ, ਉਰੇ ਗੱਡੀਆਂ, ਸਕੂਟਰ, ਮੋਟਰਸਾਈਕਲ ਖੜਾਏ ਜਾਂਦੇ ਨੇਗੇ। ਸੋ ਹੁਣ ਅਸੀਂ ਜਾ ਰਹੇ ਹਾਂ ਜੀ ਅਟਲ ਪਾਰਕ ਅਤੇ ਅਸੀਂ ਨਿਰਮਲ ਕੁਟੀਆ ਦੇ ਦਰਸ਼ਨ ਕਰ ਲਏ ਨੇ ਜੀ। ਸੋ ਚਲੋ ਚੱਲੀਏ। ਆਪਾਂ ਚੱਲਦੇ ਹਾਂ ਜੀ ਨਿਰਮਲ ਕੁਟੀਆ ਤੋਂ ਅਤੇ ਸਾਨੂੰ ਉਰੇ ਆ ਕੇ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ, ਮਨ ਨੂੰ ਸਕੂਨ ਅਤੇ ਸ਼ਾਂਤੀ ਮਿਲੀ। ਸੋ ਸਾਰਾ ਹੀ ਪਰਿਵਾਰ ਨੂੰ ਬਹੁਤ ਹੀ ਵਧੀਆ ਲੱਗਿਆ ਉਰੇ ਆ ਕੇ। ਸੋ ਹੁਣ ਆਪਾਂ ਚੱਲਦੇ ਹਾਂ ਅਟਲ ਪਾਰਕ। ਅਸੀਂ ਪਹੁੰਚ ਚੁੱਕੇ ਹਾਂ ਜੀ ਅਟਲ ਪਾਰਕ। ਸੋ ਸਾਰੇ ਜਣੇ ਆਪਾਂ ਅੰਦਰ ਜਾਂਦੇ ਹਾਂ ਪਾਰਕ ਦੇ ਵਿੱਚ। ਸੋ ਤੁਹਾਨੂੰ ਦੱਸਦੇ ਹਾਂ ਵੀ ਪਾਰਕ ਕਿਹਨਾਂ ਨੇ ਬਣਵਾਇਆ ਗਾ ਅਤੇ ਕੀ ਕੁਛ ਦੇਖਣ ਵਾਲਾ ਪਾਰਕ ਦੇ ਵਿੱਚ, ਕਿਹੋ ਜਿਹੇ ਝੂਲੇ ਨੇ। ਸੋ ਚਲੋ ਚੱਲੀਏ। ਸੋ ਇਹ ਹੈਗਾ ਜੀ ਅਟਲ ਪਾਰਕ ਜੋ ਕਿ ਸੈਕਟਰ 9 ਦੇ ਵਿੱਚ ਸਥਿਤ ਹੈ। ਇਹ ਕਰਨਾਲ ਦਾ ਸਾਰਿਆਂ ਨਾਲੋਂ ਵੱਡਾ ਪਾਰਕ ਮੰਨਿਆ ਜਾਂਦਾ ਹੈਗਾ। ਸੋ ਤੁਹਾਨੂੰ ਵੀ ਦਿਖਾਈਏ, ਲੈਟਸ ਸ਼ੋਅ ਦਾ ਬਿਗੈਸਟ ਪਾਰਕ ਆਫ ਕਰਨਾਲ। ਸੋ ਚੱਲੀਏ। ਚਲੋ ਜੀ। ਲਓ ਜੀ ਪਾਰਕ ਦੇਖਣ ਤੋਂ ਪਹਿਲਾਂ ਕਹਿੰਦੇ ਗੋਲ ਗੱਪਿਆਂ ਬਿਨਾਂ ਸਾਡੇ ਪਾਰਕ ਦਾ ਆਨੰਦ ਨਹੀਂ ਆਉਣਾ। ਸੋ ਜ਼ਰੂਰੀ ਵੀ ਹੈ, ਵੈਸੇ ਇੰਜੋਏ ਕਰਨਾ ਚਾਹੀਦਾ। ਬਰਗਰ, ਗੋਲ ਗੱਪੇ, ਟਿੱਕੀ, ਇਹ ਸਾਰਾ ਸਿਸਟਮ ਜੋ ਵੀ ਹੈਗਾ ਖਾਣਾ ਪੀਣਾ ਚਾਹੀਦਾ, ਇੰਜੋਏ ਕਰਨਾ ਚਾਹੀਦਾ। ਪਰ ਜਿਨ੍ਹਾਂ ਨੂੰ ਫਾਸਟ ਫੂਡ ਤੋਂ ਖਾ ਕੇ ਕੋਈ ਦਿੱਕਤ ਆ ਰਹੀ ਆ ਉਹ ਇਸ ਕਲਚਰ ਨੂੰ ਨਾ ਅਪਣਾਉਣ, ਇਹ ਮੇਰੀ ਪਰਸਨਲ ਸੁਜੈਸ਼ਨ ਆ। ਜਿਨ੍ਹਾਂ ਨੂੰ ਖਾ ਪੀ ਕੇ ਹਜ਼ਮ ਹੁੰਦਾ ਉਹਨਾਂ ਨੂੰ ਕੋਈ ਦਿੱਕਤ ਨਹੀਂ। ਇਹ ਹੈਗਾ ਜੀ ਐਂਟਰੈਂਸ ਗੇਟ ਅਤੇ ਹੁਣ ਅਸੀਂ ਜਾ ਰਹੇ ਹਾਂ ਜੀ ਅਟਲ ਪਾਰਕ ਦੇ ਵਿੱਚ। ਸੋ ਜਿਵੇਂ ਕਿ ਤੁਸੀਂ ਦੇਖ ਰਹੇ ਹੋਗੇ ਸ਼ਾਮ ਦਾ ਵੇਲਾ ਹੋ ਚੁੱਕਿਆ ਗਾ, ਅੰਧੇਰਾ ਹੋਣਾ ਸਟਾਰਟ ਹੈ ਅਤੇ ਸਾਰੀ ਲਾਈਟਿੰਗ ਹੈ ਜਿਹੜੀ ਸਟਾਰਟ ਹੋ ਚੁੱਕੀ ਆ। ਸੋ ਬਹੁਤ ਹੀ ਖੂਬਸੂਰਤ ਲੱਗਦਾ ਰਾਤ ਨੂੰ ਵੀ ਪਾਰਕ। ਸੋ ਚੱਲਦੇ ਆਪਾਂ, ਆਰੇ ਲਿਖਿਆ ਵੀ ਹੋਇਆ ਅਟਲ ਪਾਰਕ। ਬਣਵਾਇਆ ਸੀ ਜਿਹੜੇ ਕਿ ਮੁੱਖ ਮੰਤਰੀ ਸੀਗੇ। ਸੋ ਆਓ ਚੱਲੀਏ ਹੁਣ ਤੁਹਾਨੂੰ ਦਿਖਾਉਣੇ ਆ ਕਿ ਇੱਥੇ ਦੀ ਬਿਊਟੀ ਕਿਉਂ ਇਹਨੂੰ ਇੰਨਾ ਵਧੀਆ ਮੰਨਿਆ ਜਾਂਦਾ ਤੇ ਹਾਈਐਸਟ ਰੇਟਿੰਗ ਦੇ ਵਿੱਚ ਆਉਂਦਾ। ਸੋ
ਜਿਹੜਾ ਬ੍ਰਿਜ ਦਿਖੂਗਾ ਜਿਹੜਾ ਕਿ ਆਪਾਂ ਨੂੰ ਦਿਖਣ ਦੇ ਵਿੱਚ ਐਂ ਲੱਗਦਾ ਕਿ ਲੱਕੜ ਦਾ ਬਣਿਆ ਹੋਇਆ ਬਟ ਇਹ ਸਾਰੇ ਸੀਮੈਂਟਡ ਆ, ਬਹੁਤ ਹੀ ਸੋਹਣੀ ਜਿਹੜੀ ਕਾਰੀਗਰੀ ਉਹ ਇਹਦੇ 'ਤੇ ਕੀਤੀ ਗਈ ਹੈ। ਇੱਧਰ ਦੇਖੋ ਤੁਸੀਂ ਲਾਈਟਸ ਨਾਲ ਜਿਹੜਾ ਫਾਊਂਟੇਨਸ ਬਹੁਤ ਹੀ ਸੋਹਣੇ ਲੱਗ ਰਹੇ ਨੇ, ਆਉਣ ਵਾਲੇ ਲੋਕ ਘੁੰਮਣ ਆਉਂਦੇ ਨੇ ਪਰਿਵਾਰਾਂ ਦੇ ਨਾਲ, ਕੁਆਲਿਟੀ ਟਾਈਮ ਸਪੈਂਡ ਕਰਦੇ ਨੇ, ਸਭ ਚੰਗੀ ਅੱਗੇ ਤੁਹਾਨੂੰ। ਚਲੋ ਜੀ ਆਪਾਂ ਵੀ ਚੱਲਦੇ ਹਾਂ ਪੁੱਲ ਦੇ ਉੱਪਰ ਦੀ। ਅਟਲ ਬਿਹਾਰੀ ਵਾਜਪਾਈ ਜੀ ਦੀ, ਜਿਨ੍ਹਾਂ ਦੀ ਯਾਦ ਦੇ ਵਿੱਚ ਇਹ ਬਣਵਾਇਆ ਗਿਆ ਸੀਗਾ। ਨਾਨੀ ਜੀ ਕੀ ਹੈ ਇੱਧਰ ਇੱਧਰ ਨਹੀਂ ਆਰਾਮ ਸੇ ਇਸਕੋ ਲੈ ਲੋ ਪਲੀਜ਼ ਆਪ ਕੱਲਾ ਬੈ ਲੈ ਲੈਣੇ ਪੱਥਰਾਂ ਨੂੰ ਪਾਰ ਕਰਨਾ ਨਾ। ਹਾਂ ਕਰੋ ਪੱਥਰਾਂ ਨੂੰ ਪਾਰ ਜਾਓ। ਸੋ ਇੱਧਰ ਰਸਤਾ ਨਹੀਂ ਬਣਿਆ ਹੋਇਆ ਜੀ, ਇਹ ਬਣਾਇਆ ਹੋਇਆ ਮਤਲਬ ਪੱਥਰਾਂ ਦੇ ਉੱਤੋਂ ਹੀ ਤੁਸੀਂ ਪਾਰ ਕਰਕੇ ਜਾ ਸਕਦੇ ਹੋ। ਅਤੇ ਮੇਰੀ ਮੰਮਾ ਦੀ ਜਦੋਂ ਮੈਰਿਜ ਹੋਈ ਹੋਈ ਸੀਗੀ, ਮੇਰੀ ਮੰਮਾ ਅਤੇ ਡੈਡੀ ਨੇ ਇਕੱਠੀ ਪਾਰ ਕੀਤਾ ਸੀ। ਸੋ ਅੱਜ ਇਹ ਦੁਬਾਰ ਤੋਂ ਯਾਦ ਤਾਜ਼ਾ ਕਰ ਰਹੇ ਨੇ, ਦੁਬਾਰ ਤੋਂ ਚੱਲ ਰਹੇ ਇਹ 1999 ਵਿੱਚ ਪਾਰਕ ਬਣਿਆ ਸੀਗਾ। 2001 ਸਾਡੀ ਮੈਰਿਜ ਹੋਈ ਸੀ, ਜਦੋਂ ਸ਼ੁਰੂ ਸ਼ੁਰੂ 'ਚ ਅਸੀਂ ਆਉਂਦੇ ਤੇ ਸ਼ੁਰੂ ਸ਼ੁਰੂ 'ਚ ਮੇਰੀ ਮਾਂ ਇੱਕ ਵਾਰੀ ਮੇਰੇ ਨਾਲ ਆ ਗਈ, ਉਹ ਕਹਿੰਦੇ ਵੀ ਇਹ ਕੀ ਬਣਿਆ ਹੋਇਆ। ਮੈਂ ਕਿਹਾ ਵੀ ਇਹ ਜਿਹੜਾ ਲੰਕਾ ਦਾ ਪੁੱਲ ਰਾਮ ਚੰਦਰ ਉਹਨਾਂ ਨੇ ਲਾਇਆ ਸੀ, ਉਹ ਬਣਿਆ ਹੋਇਆ। ਉਹਨੂੰ ਪਤਾ ਨਹੀਂ ਲੱਗਿਆ ਵੀ ਇਹ ਉਰੇ ਕਿਵੇਂ ਆ ਗਿਆ, ਸਮਝ ਨਹੀਂ ਆਈ ਗੱਲ। ਅੱਛਾ ਅੱਛਾ। ਪਰ ਉਹਨੇ ਬਾਅਦ 'ਚ ਦੱਸਿਆ, ਮੈਂ ਕਿਹਾ ਹਾਂ ਉਹ ਉਸ ਤਰ੍ਹਾਂ ਦੀ ਨਾ ਸ਼ੇਪ ਬਣਾਈ ਹੋਈ ਹੈ, ਇਹ ਵੈਸੀ ਪਾਸੇ ਪਾਣੀ ਆ। ਹਾਂਜੀ, ਸ਼ੋਅ ਕੀਤਾ ਹੈ ਵੀ ਇਹ ਸਮੁੰਦਰ ਦੇ ਵਿੱਚ ਪੁੱਲ ਬਣਾਇਆ ਹੈ ਪੱਥਰਾਂ ਦਾ। ਹਾਂਜੀ ਹਾਂ, ਉਸ ਟਾਈਮ ਤੇ ਇਹ ਤਾਜ਼ਾ ਤਾਜ਼ਾ ਬਣਿਆ ਸੀ। ਹਾਂਜੀ, ਆ ਗਏ। ਸੋ ਇੰਨੀਆਂ ਸੋਹਣੀਆਂ ਚੀਜ਼ਾਂ ਉਰੇ ਅਟਲ ਪਾਰਕ ਦੇ ਵਿੱਚ ਇਸ ਕਰਕੇ ਵੀ ਬਣਾਈਆਂ ਗਈਆਂ ਨੇ ਤਾਂ ਕਿ ਇੱਥੇ ਮਤਲਬ ਜਿਹੜੀ ਪਬਲਿਕ ਨੂੰ ਅਟਰੈਕਟ ਜ਼ਿਆਦਾ ਕੀਤਾ ਜਾਵੇ ਅਤੇ ਉਰੇ ਲੋਕ ਆਉਣ ਅਤੇ ਉਰੇ ਦੀ ਜਿਹੜੀ ਬਿਊਟੀ ਹੈ, ਕੁਦਰਤ ਹੈ, ਉਹਦਾ ਆਨੰਦ ਮਾਣਨ, ਹੈ ਨਾ। ਆਪਾਂ ਚਲੋ ਚੱਲੀਏ, ਚਲੋ ਚੱਲੀਏ, ਆਪਾਂ ਵੀ ਕਰਦੇ ਹਾਂ ਪਾਰ ਪੁੱਲ ਨੂੰ। ਚਲੋ 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 ਪੁੱਲ ਦੇ ਉੱਤੋਂ ਦੀ ਚੱਲੋ, ਅਤੇ ਅਸੀਂ ਵੀ ਆ ਰਹੇ ਹਾਂ ਪਿੱਛੇ ਪਿੱਛੇ, ਕਿਉਂਕਿ ਪੁੱਲ ਕ੍ਰੋਸ ਕਰਨਾ ਤਾਂ ਪੈਣਾ ਹੀ ਆ। ਅਤੇ ਪੁੱਲ ਕ੍ਰੋਸ ਕਰਦੇ ਕਰਦੇ ਆਪਾਂ ਪਹੁੰਚ ਜਾਵਾਂਗੇ ਆਪਣੀ ਡੈਸਟੀਨੇਸ਼ਨ 'ਤੇ। ਅੱਗੇ ਦੇਖੋ ਅੱਗੇ, ਕਿਉਂਕਿ ਮੈਂ ਤਾਂ ਵੀਡੀਓ ਬਣਾਉਂਦਾ ਵੀ ਲੰਘ ਸਕਦਾ, ਕਿਉਂਕਿ ਮੈਂ ਤਾਂ ਬਹੁਤ ਟ੍ਰੇਨਡ ਇਨਸਾਨ ਹਾਂ, ਡਿੱਗ ਮੈਂ ਵੀ ਸਕਦਾ, ਇੰਨਾ ਵੀ ਟ੍ਰੇਨ ਨਹੀਂ ਹੈਗਾ, ਪਰ ਫਿਰ ਵੀ ਮੈਂ ਕੋਸ਼ਿਸ਼ ਕਰਦਾ ਮੈਂ ਨਾ ਡਿੱਗਾਂ। ਲਓ ਜੀ, ਜਿੱਥੇ ਆ ਕੇ ਡਬਲ ਕ੍ਰੋਸਿੰਗ ਆ ਜਾਂਦੀ ਆ, ਅੱਗੇ ਤੋਂ ਵੀ ਪਬਲਿਕ ਆ ਰਹੀ ਆ ਅਤੇ ਉਰਾਂ ਤੋਂ ਵੀ ਅਸੀਂ ਜਾ ਰਹੇ ਹਾਂ। ਉੱਥੇ ਥੋੜ੍ਹਾ ਜਿਹਾ ਚੈਲੰਜ ਆਉਂਦਾ ਲੰਘਣ ਦਾ, ਕ੍ਰੋਸ ਕਰਨ ਦਾ, ਫਿਰ ਵੀ ਵੈਸੇ ਧਿਆਨ ਨਾਲ ਇਹਨੂੰ ਕ੍ਰੋਸ ਕੀਤਾ ਜਾ ਸਕਦਾ। ਚਲੋ ਜੀ, ਚਲੋ ਚਲੋ, ਹੱਥ ਪਾ ਕੇ ਲੰਘ ਜਾਓ, ਹੱਥ ਪਾ ਕੇ ਲੰਘ, ਆ ਜਾਓ ਜੀ, ਆ ਜਾਓ, ਤੁਸੀਂ ਇੱਧਰ ਦੀ ਕ੍ਰੋਸ ਕਰ ਜਾਓ।
ਹਾਂਜੀ ਹਾਂਜੀ ਨਾ ਨਾ ਮੈਂ ਡਿੱਗਦਾ ਨਹੀਂ 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 ਡਰੋ ਨਾ ਮੈਂ ਤਾਂ ਬਹੁਤ ਪੱਕਾ ਇਨਸਾਨ ਹਾਂ ਪਹੁੰਚ ਗਏ ਸ਼ੁਕਰ ਆ ਤੁਸੀਂ ਨੇ ਸ਼੍ਰੀਲੰਕਾ ਦਾ ਪੁਲ ਨੂੰ ਕ੍ਰੋਸ ਕੀਤਾ ਅਤੇ ਬਹੁਤ ਵੱਡੇ ਵੱਡੇ ਪੱਥਰਾਂ ਉੱਥੋਂ ਦੀ ਤੁਰ ਕੇ ਆ ਇੱਧਰ ਵੀ ਦੇਖੋ ਪੱਥਰਾਂ ਦੀ ਬਣਾਇਆ ਹੈ ਕਿਉਂਕਿ ਕੁਦਰਤ ਇੱਕ ਇਹੋ ਜਿਹੀ ਚੀਜ਼ ਹੈ ਨਾ ਆਪਾਂ ਨੂੰ ਬਹੁਤ ਕੁਛ ਦਿੰਦੀ ਆ ਜੇ ਆਪਾਂ ਇੱਥੇ ਨੇਚਰ ਦਾ ਆਨੰਦ ਮਾਣੀਏ ਸੋ ਕਮਲਪ੍ਰੀਤ ਵੀ ਪਹੁੰਚ ਗਈ ਅੱਗੇ ਸੋ ਇਹ ਬਹੁਤ ਵਧੀਆ ਬਣਾਇਆ ਹੋਇਆ ਅਤੇ ਪਰਮਾਤਮਾ ਨੇ ਕਿਰਪਾ ਕੀਤੀ ਆ ਅਤੇ ਅਸੀਂ ਵੀ ਇਸ ਪੁਲ ਨੂੰ ਕ੍ਰੋਸ ਕਰਕੇ ਪਹੁੰਚ ਗਏ ਅੱਗੇ ਸੋ ਇੱਧਰ ਬਣਾਈ ਹੋਈ ਆ ਪਹਾੜੀ ਕਾਫੀ ਪਰਸਨ ਇੱਧਰ ਵੀ ਜਾ ਰਹੇ ਨੇ ਚਲੋ ਇੱਧਰ ਵੀ ਜਾ ਆਓ ਸੋ ਇਹ ਪਬਲਿਕ ਚੜ ਗਈ ਪਹਾੜ 'ਤੇ ਦੇਖੋ ਫਿਰ ਅੱਗੇ ਕੀ ਬਣਦਾ ਠੀਕ ਠਾਕ ਚਲੋ ਜੀ ਪਹੁੰਚ ਗਏ ਜੀ ਪਹਾੜੀ ਦੀ ਚੋਟੀ 'ਤੇ ਸੋ ਜੇ ਮਤਲਬ ਦਿਨ ਹੁੰਦਾ ਤਾਂ ਉਰੋਂ ਵਿਊ ਪੁਆਇੰਟ ਆਲੇ ਦੁਆਲੇ ਦਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਣਾ ਸੀ ਬਟ ਹੁਣ ਹਨੇਰਾ ਸੋ ਹੁਣ ਵੀ ਸਾਨੂੰ ਤਾਂ ਰਿਐਲਿਟੀ ਵਿੱਚ ਸੋਹਣਾ ਲੱਗ ਰਿਹਾ ਬਟ ਸੋਨੂੰ ਨਹੀਂ ਲੱਗਣਾ ਹਾਂ ਹਨੇਰੇ 'ਚ ਥੋੜ੍ਹਾ ਜਿਹਾ ਨਾ ਕਿਉਂਕਿ ਦੇਖੋ ਲਾਈਟਿੰਗ ਦੀ ਥੋੜ੍ਹੀ ਕਮੀ ਆ ਥੋੜ੍ਹਾ ਜਿਹਾ ਬੂਹ ਹਨੇਰਾ ਜਿਹਾ ਕਹਿ ਸਕਦੇ ਇਹਨੂੰ ਆਪਾਂ ਅਤੇ ਤੁਸੀਂ ਡਿੱਗਣਾ ਪਿਓ ਜੀ ਇੱਧਰ ਥੋੜ੍ਹਾ ਧਿਆਨ ਨਾਲ ਆਓ ਦੇਖਿਆ ਕਿ ਨਾਮ ਲਿਖ ਕੇ ਜਾਂਦੇ ਨੇ ਬਟ ਇਹ ਆਪਣੀ ਕੁਦਰਤ ਹੈ ਜੇਕਰ ਆਪਾਂ ਖੁਦ ਧਿਆਨ ਰੱਖੀਏ ਆਪਾਂ ਅੱਗੇ ਕਹਿੰਦੇ ਵੀ ਇਹ ਚੀਜ਼ ਸਾਫ਼ ਨਹੀਂ ਆਹ ਨਹੀਂ ਉਹ ਨਹੀਂ ਪਰ ਆਪਾਂ ਖੁਦ ਹੀ ਗੰਦਾ ਕਰਦੇ ਹਾਂ ਇਹ ਚੀਜ਼ਾਂ ਕੁਦਰਤ ਨੂੰ ਜੇ ਸਾਫ਼ ਸੁਥਰਾ ਰੱਖੀਏ ਕੁਦਰਤ ਦਾ ਸਾਥ ਦੇਈਏ ਤਾਂ ਕੁਦਰਤ ਨੇ ਸਾਨੂੰ ਬਹੁਤ ਕੁਛ ਦੇਣਾ ਕੈਮਰੇ 'ਚ ਕੈਦ ਕਰਨਾ ਹਾਂਜੀ ਸਾਡੇ ਬੱਚਿਆਂ ਨੇ ਮਾਮਾ ਜੀ ਨੇ ਇਹ ਬਹੁਤ ਅੱਜ ਬੱਚਿਆਂ ਵਾਂਗੂ ਆਨੰਦ ਮਾਣ ਰਹੇ ਨੇ ਛੋਟੇ ਹੁੰਦੇ ਸਾਡੇ ਨਾਲ ਆਉਂਦੇ ਰਹੇ ਨੇ ਅਤੇ ਉਹਨਾਂ ਨੂੰ ਵੈਸੇ ਤਾਂ ਬਹੁਤ ਪਾਰਕ ਅਤੇ ਬਹੁਤ ਵਧੀਆ ਮੇਨਟੇਨ ਕੀਤਾ ਹੋਇਆ ਅਟਲ ਪਾਰਕ ਜੋ 1999 'ਚ ਬਣਿਆ ਸਾਡਾ ਜਿਹੜਾ ਬਚਪਨ ਆ ਉੱਥੇ ਇੱਥੇ ਹੀ ਬੀਤਿਆ ਅਤੇ ਬਟ ਥੋੜ੍ਹਾ ਜਿਹਾ ਇਸ ਪੁੱਲ ਨੂੰ ਥੋੜ੍ਹਾ ਜਿਹਾ ਕੰਡੀਸ਼ਨ ਦੇਖ ਕੇ ਥੋੜ੍ਹਾ ਜਿਹਾ ਦਿਲ ਦਰਦ ਹੈ ਉਹਦੇ 'ਚ ਕਿ ਬਈ ਇਹਨੂੰ ਹੋਰ ਮੇਨਟੇਨ ਕੀਤਾ ਜਾ ਸਕਦਾ ਕੀਤਾ ਜਾ ਸਕਦਾ ਪਾਰਕ ਬਹੁਤ ਮੇਨਟੇਨ ਕੀਤਾ ਹੋਇਆ ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਠੀਕ ਹੈ ਬਾਕੀ ਏਰੀਆ ਬਹੁਤ ਹੀ ਲਾਜਵਾਬ ਔਰ ਤੁਸੀਂ ਪਿੱਛੇ ਦੇਖੋ ਇੱਥੇ ਇਹ ਇੰਨੀ ਗਰੀਨਰੀ ਇੰਨਾ ਮੇਨਟੇਨੈਂਸ ਕੀਤਾ ਹੋਇਆ ਸਭ ਤੋਂ ਵੱਡਾ ਪਾਰਕ ਹੈ ਪੂਰੇ ਕਰਨਾਲ ਦਾ ਬਿਲਕੁਲ ਬਿਲਕੁਲ ਕਰਨਾਲ ਜਿਹਨੂੰ ਹਰਿਆਣਾ ਦਾ ਹਾਰਟ ਕਹਿੰਦੇ ਨੇ ਪੈਰਿਸ ਆਫ ਹਰਿਆਣਾ ਕਹਿੰਦੇ ਨੇ ਉਹਦਾ ਸਭ ਤੋਂ ਵੱਡਾ ਪਾਰਕ ਅਤੇ ਸਭ ਤੋਂ ਅੱਛਾ ਪਾਰਕ ਵੈਰੀ ਗੁੱਡ ਇਹ ਸੈਕਟਰ 8 ਕਰਨਾਲ ਮੇਂ ਸਥਿਤ ਹੈ ਆਪ ਕਦੇ ਵੀ ਆਉਣਾ ਚਾਹੋ ਤਾਂ ਇੱਥੇ ਆ ਸਕਦੇ ਆਪਾਂ 23 ਸਾਲ ਪਹਿਲਾਂ ਆਉਂਦੇ ਰਹੇ ਹਾਂ ਅਤੇ ਉਦੋਂ ਅਤੇ ਅੱਜ ਤੇ ਕੀ ਫੀਲਿੰਗ ਦਾ ਫਰਕ ਆ ਫੀਲਿੰਗ ਇਹ ਹੈ ਉਸ ਟਾਈਮ ਥੋੜ੍ਹੀ ਜਿਹੀ ਫਰੈਸ਼ਨੈਸ ਅਤੇ ਐਨਰਜੀ ਲੈਵਲ ਕੁਛ ਆਪਣੇ ਲੈਵਲ ਦਾ ਸੀ ਹਾਂ ਬਿਲਕੁਲ ਐਨਰਜੀ ਲੈਵਲ ਕਿਉਂਕਿ ਅਸੀਂ ਹੁੰਦੇ ਸੀ ਲਾ ਲਓ ਜਿਹੜੇ ਛੋਟੇ ਛੋਟੇ ਜਵਾਕ ਨੇ ਸਾਡੇ ਨਾਲ ਉਸ ਟਾਈਮ 'ਤੇ ਆਪਾਂ ਨਾ ਕਿਸੇ ਦੀ ਸੁਣਨੀ ਨਾ ਤਾਂ ਕਿਸੇ ਦੀ ਜਦੋਂ ਬੱਚੇ ਦੇ ਉਦੋਂ ਆਨੰਦ ਜ਼ਿਆਦੇ ਸੀ ਜਦੋਂ ਬੱਚਿਆਂ ਨੂੰ ਨਾਲ ਲੈ ਕੇ ਆਇਆ ਉਦੋਂ ਬੱਚਿਆਂ ਦਾ ਵੀ ਧਿਆਨ ਰੱਖਣਾ ਪੈਂਦਾ ਬਿਲਕੁਲ ਬਿਲਕੁਲ ਰਿਸਪੌਂਸਿਬਿਲਿਟੀਜ਼ ਉਦੋਂ ਬੱਚਿਆਂ ਦਾ ਧਿਆਨ ਰੱਖਣਾ ਪੈਂਦਾ ਉਸ ਟਾਈਮ 2 ਰੁਪਏ ਦੇ ਗੋਲਗੱਪੇ ਆ ਜਾਂਦੇ ਸੀ ਸਾਰੇ ਖਾ ਜਾਂਦੇ ਸੀ ਹੁਣ 20 ਰੁਪਏ ਦੇ ਆਉਂਦੇ ਨੇ ਉਹ ਵੀ ਨਹੀਂ ਖਾ ਪਾਉਂਦੇ ਇੱਕ ਜਣਾ ਵੀ ਨਹੀਂ ਰਾਜਦਾ 20 ਨਾਲ ਤਾਂ ਮਹਿੰਗਾਈ ਬਹੁਤ ਵੱਧ ਗਈ ਇਹ 'ਚ ਕੋਈ ਸ਼ੱਕ ਨਹੀਂ ਵੈਸੇ ਅੱਜ ਆ ਕੇ ਉਹਦੇ ਬੜਾ ਮਨ ਖੁਸ਼ ਹੋਇਆ ਯਾਦਾਂ ਤਾਜ਼ੀਆਂ ਹੋਈਆਂ ਚਲੋ ਜੀ ਚੱਲੀਏ ਆਪਾਂ ਚਲੋ ਜੀ ਚਲੋ 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 ਜੀ ਚਲੋ 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 ਲਓ ਜੀ ਇਹਨਾਂ ਨੇ ਤਾਂ ਮਾਰਤੀ ਸਰੋਵਰ ਦੇ ਵਿੱਚ ਛਾਲ ਕਹਿੰਦੇ ਵੀ ਅਸੀਂ ਤਾਂ ਸਿੱਧੇ ਹੀ ਪਾਰ ਕਰਾਂਗੇ ਪੁਲ ਉੱਤੋਂ ਨਹੀਂ ਜਾਂਦੇ ਨਹੀਂ ਵੈਰੀ ਗੁੱਡ
ਚਲੋ 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 ਡਿੱਗ ਨਾ ਜਾਇਓ। ਆਰਾਮ ਨਾਲ ਸੁਖਮਨ, ਆਰਾਮ ਨਾਲ, ਜੇ ਪੈਰ ਸਲਿੱਪ ਕਰਕੇ ਨੀਚੇ ਡਿੱਗਾਂਗੇ। ਉਹਦੇ ਨਾਲ ਬਿਹਤਰ ਇਹ ਆ ਵੀ ਤੁਸੀਂ ਆਰਾਮ ਨਾਲ ਲੰਘੋ, ਕਿਉਂਕਿ ਆਨੰਦ ਲਓ ਜ਼ਿੰਦਗੀ ਦਾ। ਲਓ ਜੀ, ਕਿਸ ਤਰ੍ਹਾਂ ਦਾ ਫੀਲ ਹੋਇਆ? ਨਾਨਕੇ ਹੋਣ ਇਹੋ ਜਿਹੇ ਜਿੱਥੇ ਪਾਰਕ ਵੀ ਹੋਣ, ਗੁਰੂ ਘਰ ਵੀ ਹੋਣ। ਦੇਖੋ ਜੀ, ਚੰਦ ਐਵੇਂ ਲੱਗ ਰਿਹਾ ਜਿਵੇਂ ਕਿਸੇ ਨੇ ਪਰਦੇ ਦੇ ਪਿੱਛੋਂ ਦੀ ਕੋਈ ਲਾਈਟ ਲਾ ਰੱਖੀ ਹੁੰਦੀ ਹੈ, ਤੇ ਲਾਈਟ ਯੈਲੋ ਗੋਲਡਨ ਜਿਹਾ ਕਲਰ ਜਿਹਾ ਲੱਗ ਰਿਹਾ। ਤੇ ਆਹ ਦੇਖੋ ਜੀ, ਰਾਤ ਦਾ ਪਾਰਕ ਦਾ ਮਾਹੌਲ ਵਿਊ ਦੇਖ ਸਕਦੇ ਹੋ ਆਪਣੀਆਂ ਸੰਗਤਾਂ ਨੂੰ। ਮੈਂ ਇਹ ਗੱਲ ਕਹਿਣਾ ਚਾਹੁੰਦੀ ਸੀਗੀ ਕਿ ਕਰਨਾਲ ਜਿਵੇਂ ਕਿ ਤੁਸੀਂ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਛੋਟੇ ਹੁੰਦੇ ਬੁੱਕਸ ਦੇ ਵਿੱਚ ਵੀ ਪੜ੍ਹਾਇਆ ਜਾਂਦਾ ਕਲਪਨਾ ਚਾਵਲਾ ਦਾ ਚੈਪਟਰ, ਅਤੇ ਬੱਚੇ ਸਾਡੇ ਤੋਂ ਵੀ ਪੁੱਛਦੇ ਨੇ ਜਦੋਂ ਸਾਡੇ ਕੋਲ ਟਿਊਸ਼ਨ ਪੜ੍ਹਦੇ ਨੇ ਕਿਹਦੇ ਦੀ ਕਲਪਨਾ ਚਾਵਲਾ ਰਹਿੰਦੀ ਕਿੱਥੇ ਸੀ। ਸੋ ਕਲਪਨਾ ਚਾਵਲਾ ਦਾ ਜਨਮ ਸਥਾਨ ਕਰਨਾਲ ਦੇ ਵਿੱਚ ਹੋਇਆ ਸੀਗਾ, ਜੋ ਕਿ ਉਹਨੇ ਉੱਥੋਂ ਹੀ ਇੱਥੋਂ ਦੇ ਸਕੂਲ ਦੇ ਵਿੱਚ ਪੜ੍ਹੀ ਹੈ ਉਹ ਕਰਨਾਲ ਦੇ, ਅਤੇ ਇੱਥੋਂ ਹੀ ਉਹਨੇ ਸੋਚਿਆ ਸੀ ਕਿ ਉਹਨੇ ਜ਼ਿੰਦਗੀ ਦੀ ਉਡਾਣ ਕਿਵੇਂ ਭਰਨੀ ਆ। ਸੋ ਜੇ ਆਪਾਂ ਠਾਣ ਲਈਏ ਤਾਂ ਆਪਾਂ ਕੁਛ ਵੀ ਕਰ ਸਕਦੇ ਹਾਂ, ਜੇ ਨਾ ਠਾਣੀਏ ਤਾਂ ਆਪਣੀ ਜ਼ਿੰਦਗੀ ਦਾ ਕੋਈ ਮਕਸਦ। ਸੋਨੂੰ ਮਾਣ ਹੋਣਾ ਚਾਹੀਦਾ ਵੀ ਤੁਹਾਡਾ ਜਨਮ ਵੀ ਕਰਨਾਲ ਹੀ ਹੋਇਆ। ਵੈਸੇ ਸਾਡੇ ਮੇਰਾ ਤੇ ਕਮਲ ਦਾ ਜਨਮ ਕਰਨਾਲ ਇਸੇ ਧਰਤੀ ਤੇ ਹੋਇਆਗਾ। ਬਹੁਤ ਹੀ ਖੁਸ਼ਕਿਸਮਤ ਆ ਇਹ ਕਿ ਸਾਡੇ ਨਾਨਕੇ ਬਹੁਤ ਜ਼ਿਆਦਾ ਵਧੀਆ ਨੇ, ਪਰਮਾਤਮਾ ਇਹੋ ਜਿਹੇ ਨਾਨਕੇ ਸਾਰਿਆਂ ਨੂੰ ਦੇਵੇ। ਹਾਂਜੀ ਹਾਂਜੀ। ਸੋ ਇੱਧਰਲੀ ਸਾਈਡ ਹੈਗੇ ਨੇ ਜੀ ਝੂਲੇ। ਸੋ ਸਾਰੇ ਬੱਚੇ ਕਹਿੰਦੇ ਵੀ ਆਪਾਂ ਝੂਲੇ ਲੈਣੇ ਨੇ, ਮੈਂ ਹਾਂ ਚਲੋ ਵੀ ਚੱਲਦੇ ਹਾਂ। ਸੋ ਲੈ ਰਹੇ ਹਾਂ ਆਪਾਂ ਝੂਲੇ, ਸੋ ਤੁਹਾਨੂੰ ਵੀ ਦਿਖਾਉਂਦੇ ਹਾਂ। ਸੋ ਇੱਧਰ ਪਿੰਗਾਂ ਲੱਗੀਆਂ ਨੇ ਜੀ, ਇੱਧਰ ਵੀ ਪਿੰਗਾਂ, ਅਤੇ ਆਹ ਹੈਗੀ ਆ ਸਲਾਈਡ। ਬਾਕੀ ਇੱਧਰ ਲਮਕਣ ਨੂੰ ਹੈਗਾ ਗਾ ਹਾਈਟ ਤਾਂ ਕਿ ਆਪਣੇ ਇਨਕਰੀਜ਼ ਹੋ ਸਕੇ। ਸੋ ਦੇਖੋ ਆਹ ਜਵਾਕ ਘਾਹ 'ਚ ਖੇਡ ਰਿਹਾ ਹੈਗਾ, ਵਧੀਆ ਲੱਗ ਰਿਹਾ ਇਹਨੂੰ, ਫੁੱਲ ਇੰਜੋਏ। ਸੋ ਅੱਜ ਦਾ ਵਲੋਗ ਅਸੀਂ ਇੱਥੇ ਐਂਡ ਕਰਦੇ ਹਾਂ। ਅੱਜ ਤੁਹਾਨੂੰ ਅਸੀਂ ਦਿਖਾਈਆਂ 3 ਫੇਮਸ ਪਲੇਸਿਸ ਆਫ ਕਰਨਾਲ। ਫਸਟ ਸਾਈਂ ਬਾਬਾ ਜੀ ਦਾ ਮੰਦਰ, ਸੈਕਿੰਡ ਨਿਰਮਲ ਗੁੱਡੀਆ, ਅਤੇ ਥਰਡ ਅਟਲ ਪਾਰਕ। ਜਦੋਂ ਵੀ ਤੁਸੀਂ ਕਰਨਾਲ ਆਉਂਦੇ ਹੋ ਤਾਂ ਤਿੰਨੇ ਪਲੇਸਿਸ ਹਾਈਲੀ ਰਿਕਮੈਂਡ ਨੇ, ਤੁਸੀਂ ਇਹਨਾਂ ਦੇ ਵਿੱਚ ਆ ਕੇ ਜ਼ਰੂਰ ਆਓ, ਅਤੇ ਇੱਕ ਵਾਰ ਆਪਣੀ ਫੈਮਿਲੀ ਨਾਲ ਆਓ, ਦਰਸ਼ਨ ਮੇਲਾ ਕਰੋ। ਸੋ ਬਹੁਤ ਹੀ ਵਧੀਆ ਲੱਗਦਾ ਜਦੋਂ ਆਪਾਂ ਸਾਰੇ ਫੈਮਿਲੀ ਨਾਲ ਆਉਂਦੇ ਹਾਂਗੇ। ਸੋ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਤੁਸੀਂ ਜਦੋਂ ਵੀ ਆਓ ਤਾਂ ਇਹਨਾਂ ਤਿੰਨਾਂ ਪਲੇਸਿਸ ਦੇ ਵਿੱਚ ਜ਼ਰੂਰ ਆਓ। ਸੋ ਮਿਲਦੇ ਹਾਂ ਕੱਲ੍ਹ ਨੂੰ ਤੁਹਾਨੂੰ ਅਗਲੇ ਵਲੋਗ ਦੇ ਵਿੱਚ। ਸੋ ਜੁੜੇ ਰਹੋ ਸਾਡੇ ਚੈਨਲ ਦੇ ਨਾਲ, ਮਿਲਦੇ ਹਾਂ ਕੱਲ੍ਹ ਨੂੰ ਕਰਨਾਲ ਤੋਂ। ਥੈਂਕ ਯੂ ਸੋ ਮਚ ਫੋਰ ਵਾਚਿੰਗ ਗਾਈਸ, ਬਾਏ।